हेलो जी, ਸਤਿ ਸ਼੍ਰੀ ਅਕਾਲ। ਵੈਲਕਮ ਸਤਿ ਬੈਕ ਟੂ ਆਰ ਚੈਨਲ ਤੇ ਹੋਪ ਕਰਦੇ ਹਾਂ ਤੁਸੀਂ ਜਿੱਥੇ ਤੇ ਹੋਗੇ ਵਧੀਆ ਹੋਗੇ, ਚੜ੍ਹਦੀ ਕਲਾ ਵਿੱਚ ਹੋਗੇ। ਤੇ ਅੱਜ ਅਸੀਂ ਹਾਜ਼ਰ ਹਾਂ ਤੁਹਾਡੇ ਸਾਹਮਣੇ ਤੁਹਾਡੇ ਵੱਲੋਂ ਰეკਮੈਂਡ ਕੀਤੀਆਂ ਵੀਡੀਓਸ ਨਾਲ। ਤੇ ਅੱਜ ਦੀ ਵੀਡੀਓ ਫਿਰ ਤੋਂ ਹੋਣ ਵਾਲੀ ਹੈ ਬਹੁਤ ਖਾਸ। ਔਰ ਅੱਜ ਦੀ ਵੀਡੀਓ ਜੀ ਫਿਰ ਦੁਬਾਰਾ ਤੋਂ ਰეკਮੈਂਡਡ, ਕਿਉਂਕਿ ਕਾਫੀ ਦਿਨ ਪਹਿਲਾਂ ਨਾ ਅਸੀਂ ਮੇਰੇ ਖਿਆਲ 'ਚ ਮਹੀਨਾ ਹੀ ਹੋ ਗਿਆ ਆ ਜਿਹੜੀ ਇੱਕ ਵੀਡੀਓ ਬਣਾਈ ਸੀਗੀ ਸਲੀਮ ਅਲਵੇਲਾ ਜੀ ਦੀ, ਤੇ ਉਹਦੇ ਉੱਪਰ ਕਾਫੀ ਜਿਹੜੇ ਆ ਉਹ ਕਮੈਂਟ ਆਏ ਸੀਗੇ, ਕਾਫੀ ਮੈਸੇਜ ਆਏ ਸੀਗੇ ਕਿ ਇਹਨਾਂ ਦੇ ਹੋਰ ਵੀਡੀਓਜ਼ ਦੇ ਉੱਤੇ ਵੀ ਜਿਹੜਾ ਰਿਐਕਸ਼ਨ ਲੈ ਕੇ ਆਓ। ਤੇ ਉਦੋਂ ਇਹ ਨਵੀਂ ਵੀਡੀਓ ਆਈ ਸੀਗੀ ਅਲਬੇਲਾ ਸਾਹਿਬ ਦੀ, ਤੇ ਮੈਨੂੰ ਕਿਸੇ ਨੇ ਲਿੰਕ ਸੈਂਡ ਕੀਤਾ ਸੀਗਾ, ਮੈਂ ਉਦੋਂ ਦੀ ਡਾਊਨਲੋਡ ਕਰਕੇ ਰੱਖੀ ਹੋਈ ਆ, ਬਟ ਬਣਾ ਸੀ ਅੱਜ ਰਹੇ ਆ ਕਿਉਂਕਿ ਥੋੜਾ ਬਿਜ਼ੀ ਹੋਣ ਕਰਕੇ ਨਾ ਵੀਡੀਓ ਥੋੜੀਆਂ ਥੋੜੀਆਂ ਲੇਟ ਆ ਰਹੀਆਂ। ਤੇ ਵੀਡੀਓ ਦਾ ਟਾਈਟਲ ਆ ਜੀ ਅ ਗ੍ਰੇਟ ਬੈਟਲ ਬਿਟਵੀਨ ਫਾਦਰ ਐਂਡ ਸਨ, ਸਲੀਮ ਅਲਬੇਲਾ ਤੇ ਗੋਗਾ ਪਸਰੂਰੀ ਜੀ। ਮੇਰੇ ਖਿਆਲ ਦੇ ਵਿੱਚ ਸਿੱਖ ਲੁੱਕ ਦੇ ਵਿੱਚ ਆ, ਸਰਦਾਰਾਂ ਦੀ ਲੁੱਕ ਦੇ ਵਿੱਚ ਆ, ਤੇ ਇਹਦੇ ਬਾਰੇ ਬੜੇ ਐਕਸਾਈਟਡ ਸੀਗਾ ਮੈਂ ਵੀ ਕਿ ਜਦੋਂ ਫ੍ਰੀ ਟਾਈਮ ਹੋਊਗਾ ਨਾ ਫਿਰ ਉਦੋਂ ਮਤਲਬ ਵੀਡੀਓ ਬਣਾਵਾਂਗੇ। ਤੇ ਸੋ ਅੱਜ ਫ੍ਰੀ ਟਾਈਮ ਦੇ ਵਿੱਚ ਹਾਜ਼ਰ ਹਾਂ ਤੁਹਾਡੇ ਸਾਹਮਣੇ ਵੀਡੀਓ ਲੈ ਕੇ, ਦੇਖਦੇ ਹਾਂ ਤੁਹਾਡੇ ਨਾਲ ਹੀ ਕਰਦੇ ਹਾਂ ਵੀਡੀਓ ਸਟਾਰਟ। ਤੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਜਿਹਨਾਂ ਜਿਹਨਾਂ ਸਾਡੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਕਰ ਸਾਡੇ ਚੈਨਲ ਨੂੰ ਸਬਸਕ੍ਰਾਈਬ। ਇਸ ਓਰੀਜਨਲ ਵੀਡੀਓ ਦਾ ਲਿੰਕ ਡਿਸਕ੍ਰਿਪਸ਼ਨ 'ਚ ਹੋਏਗਾ, ਤੁਸੀਂ ਚੈੱਕਆਊਟ ਕਰ ਸਕਦੇ ਹੋ। ਤੇ ਬਹੁਤੇ ਗੱਲਾਂ ਨਾ ਕਰਦੇ ਹੋਏ ਸ਼ੁਰੂ ਕਰਦੇ ਹਾਂ ਆਪਾਂ ਵੀਡੀਓ। ਹੁਣ ਬੰਨ ਲਾਤਾ ਵੀ ਵੇਖਾਂਗੇ ਕਿਹੜਾ ਤੋੜਦਾ ਇੱਥੋਂ। ਕਦੀ ਉਸ ਪੈਰ ਥੱਲੇ, ਕਦੀ ਉਸ ਪੈਰ ਥੱਲੇ, ਸਾਨੂੰ ਠੋਕਰਾ ਨਾ ਮਾਰੀ, ਅਜੇ ਬੜੇ ਦੁੱਖ ਚੱਲੇ। ਪੱਤ ਝੜਾਂ ਵਿੱਚ ਪੱਤਿਆਂ ਦਾ ਹਾਲ ਪੁੱਛਦੀ ਨੀ ਤੂੰ, ਜਾਣ ਜਾਣ ਕੇ ਨੀ ਤੂੰ, ਜਾਣ ਜਾਣ ਕੇ ਨੀ ਤੂੰ, ਜਾਣ ਜਾਣ ਕੇ ਨੀ ਤੂੰ, ਜਾਣ ਜਾਣ ਕੇ। ਉਹ ਕੋਠੇ ਦੀ ਕੰਜਰੀ ਨਹੀਂ ਸਾਈਆਂ ਦੀ ਕੰਜਰੀਆਂ, ਮੈਂ ਕੋਠੇ ਦੀ ਕੰਜਰੀ ਨਹੀਂ। ਸਤਿ ਸ੍ਰੀ ਅਕਾਲ ਬਾਪੂ, ਸਤਿ ਸ੍ਰੀ ਅਕਾਲ। ਕਿੱਧਰ ਮੂੰਹ ਚੁੱਕੀ ਫਿਰਦਾ, ਕੰਮ ਤੇਰੇ ਪਿਓ ਨੇ ਕਰਨਾ, ਆ ਕਰਨ ਤੁਹਾਡਿਆ ਹੋਇਆ ਪਿਓ, ਹੋਰ ਕਿਹਨੇ ਕਰਨਾ। ਗੱਲਾਂ ਸੁਣ ਲੈ ਦੀਆਂ, ਕਿੱਥੋਂ ਆਵਾਰਾਗਰਦੀ ਕਰਦਾ ਆ? ਆਵਾਰਾਗਰਦੀ ਕਾਹਦੇ ਕਰਨੀ ਆ? ਉਹ ਗਾਉਂਦਾ ਉਹਨਾਂ ਨੂੰ, ਕੋਠੇ ਦੀ ਕੰਜਰੀ ਨਹੀਂ ਮੈਂ ਸਾਈਆਂ ਦੀ ਕੰਜਰੀ ਆ। ਤੂੰ ਇਹ ਗਾਇਆ ਕਰ, ਮੈਂ ਕੋਠੇ ਦੀ ਕੰਜਰੀ ਨਹੀਂ ਮੈਂ ਅਤਿਆਤਨ ਕੰਜਰੀ ਆ। ਬੁੜਿਆ ਤੂੰ ਤਾਂ ਨਾ ਹਾ ਗੱਲਾਂ ਐਵੇਂ ਕਹਿੰਦਾ। ਤੁਹਾਨੂੰ ਮੈਂ ਰਾਤ ਵੀ ਰਸੋਈ 'ਚ ਬੈਠਿਆ ਇੱਕ ਗੱਲ ਕਹੀ ਸੀ ਨਾ, ਤੁਹਾਡੇ ਖਾਨੇ ਨਹੀਂ ਪਈ ਲੱਗਦਾ। ਕੀ ਹੋਇਆ ਕੀ ਹੋਇਆ, ਕੀ ਕਿਹੜੀ ਗੱਲ ਕਹਿਤੀ ਤੂੰ? ਸੁਣੀ ਜਾਵਾਂ ਮੈਂ ਜਿਹੜੀ ਗੱਲ, ਤੁਹਾਡੇ ਤੇਰੀਆਂ ਸੁਣਨੀਆਂ ਮੈਂ, ਜਿਹੜੀ ਗੱਲ ਤੁਹਾਡੇ ਬਾਰੇ 'ਚ ਨਾ ਹੋਵੇ ਤੁਹਾਡੇ ਕੰਨਾਂ ਤੱਕ ਨਹੀਂ ਪਹੁੰਚਦੀ, ਸਮਝਿਓ ਨਾ। ਕਿਉਂ, ਮੇਰੇ ਕੰਨ ਜਾਲੀ ਆ, ਚੈਨਾਂ ਦੇ ਕੰਨ ਲਾਏ ਆ, ਹਰ ਗੱਲ ਮੇਰੇ ਕੰਨ 'ਚ ਪਹੁੰਚਦੀ ਆ। ਮੈਂ ਚੱਲ ਆ ਉੱਥੇ, ਚੱਪਲ ਤਾਂ ਸ਼ੁਰੂ ਹੋ ਜਾ। ਉਹ ਕਾਹਤੋਂ ਸ਼ੁਰੂ ਹੋਵਾਂ, ਜਿਹੜਾ ਮੈਂ ਰੋਣਾ ਰੋਇਆ ਉਹ ਤਾਂ ਪੂਰਾ ਕਰ ਮੇਰਾ। ਕੀ ਰੋਇਆ ਜੀ ਤੂੰ? ਉਹ ਕੈਨੇਡਾ ਭੇਜਦੇ, ਹੈਂ ਕੈਨੇਡਾ ਭੇਜਦੇ ਮੈਨੂੰ, ਸਾਰਾ ਸ਼ਰੀਕਾ ਉੱਥੇ ਬੈਠਾ ਹੋਇਆ ਵਾ ਸਾਡਾ, ਸ਼ਰਮ ਆਉਂਦੀ ਆ ਮੈਨੂੰ ਸਾਰੇ ਪਿੰਡ 'ਚ ਫਿਰਦਿਆਂ ਹੋਇਆ। ਤੈਨੂੰ ਮੈਂ ਕਿੱਦਾਂ ਕੈਨੇਡਾ ਭੇਜਦਿਆਂ ਬਈ? ਹੈਂ, ਉੱਥੇ ਤਾਂ ਕੁਛ ਕਰਦਾ ਨਹੀਂ ਕੈਨੇਡਾ, ਤੂੰ ਕੀ ਕਰਨਾ? ਉਹ ਸਾਰੇ ਜਿੱਦਾਂ ਜਹਾਜ਼ ਤੇ ਜਾਂਦੇ ਉਵੇਂ ਭੇਜਣਾ, ਮੈਂ ਪੈਦਲ ਜਾਣਾ ਵਾ। ਜਹਾਜ਼ ਤੇ ਜਾਂਦੇ ਆ ਜੀ, ਉਹਦੀ ਸ਼ਕਲ ਆ ਤੇਰੀ, ਤੂੰ ਤਾਂ ਪੈਦਲ ਟੁਰੇ ਤਾਂ ਪਹੁੰਚ ਜਾਣਾ ਉੱਥੇ। ਜਿੰਨੀ ਬਾਰਾਗਰਦੀ ਤੂੰ ਕਰਦਾ, ਬਾਰਾਗਰਦੀ ਕਰਦਾ ਵਾ ਮੈਂ। ਹਾਂ, ਆ ਫੜ ਕਈ, ਇੱਧਰ ਆ, ਵਿੱਚ ਵੜ, ਪਾਣੀ ਦੀ ਵਾਰੀ ਆ ਸਾਡੀ ਅੱਜ। ਉਹ ਇੱਥੇ ਹੀ ਕੰਮ ਕਰਾਈ ਜਾਵੀਂ ਬੁੜਿਆ, ਆ ਨਾਲ ਦੀ ਸਾਰੀ ਗੱਲ ਕਹਿੰਦਾ ਉਹ ਨਹੀਂ ਤੇਰੇ ਪੱਲੇ ਪੈਂਦੀ ਹੈਗੀ। ਧਿਆਨ ਨਾਲ, ਆ ਨਾਲ ਗੁਲਾਬ ਸਿੰਘ ਹੁਣਾਂ ਦੀ ਜਗ੍ਹਾ ਵਾ, ਕਪੱਤੇ ਜੇ ਹੈਗੇ ਆ, ਕਪੱਤੇ ਜੇ ਹੈਗੇ ਆ। ਜਾਣਾ ਤੂੰ ਕੈਨੇਡਾ, ਇੱਥੇ ਕੰਮ ਕਰਦਾ ਨੇ, ਕੈਨੇਡਾ ਜਾਣਾ ਤੂੰ। ਉਹ ਕੈਨੇਡਾ ਕੀ ਆ, ਬੰਦੇ ਹੀ ਜਾਂਦੇ ਆ ਕੈਨੇਡਾ। ਬੰਦਿਆਂ ਨੂੰ ਜਾਓਗੀ? ਬੰਦਿਆਂ ਨੂੰ ਜਾਣਦੇ, ਤੂੰ ਕੱਲ ਹੀ ਜਾ ਰਿਹਾ। ਉਹ ਮੈਂ ਬੰਦਾ ਨਹੀਂ, ਉਹ ਨਾ ਤੂੰ ਬੰਦਾ ਨਾ ਬੰਦਿਆਂ ਜਿਹਾ ਤੂੰ। ਬਾਪੂ ਆਹ ਜਗ੍ਹਾ ਵੇਚ ਤਾਂ ਭੇਜ ਮੈਨੂੰ ਉੱਥੇ ਕੈਨੇਡਾ। ਕੀ ਗੱਲ ਆ, ਜਗ੍ਹਾ ਵੇਚਦੇ ਆ? ਹੋਰ, ਆ ਜਿਹੜੀ ਜਗ੍ਹਾ ਹੁੰਦੀ ਆ ਨਾ ਜ਼ਮੀਨ, ਇਹ ਕਿਸਾਨ ਦੀ ਮਾਂ ਹੁੰਦੀ ਆ, ਮੈਂ ਆਪਣੀ ਮਾਂ ਵੇਚਦੇ ਆ? ਉਹ ਬਾਪੂ ਕਾਹਨੂੰ ਹੈ ਗੱਲ ਕਰਦਾ, ਮੈਨੂੰ ਭੇਜਤਾ ਸਹੀ, ਉੱਥੇ ਮੈਂ ਪੌਂਡ ਕਮਾ ਕੇ ਤੈਨੂੰ 20 ਮਾਵਾਂ ਲੈ ਦੂੰ ਇੱਥੇ ਆ ਕੇ। ਉਹ ਮੈਂ ਮਾਰ ਮਾਰ ਜੁੱਤੀਆਂ ਤੇਰਾ ਸਿਰ ਪੋਲਾ ਕਰ ਦੇਣਾ, ਜ਼ਮੀਨ ਦੀ ਤੂੰ ਜ਼ਬਾਨ ਵੀ ਕੱਢੀ ਮੂੰਹ 'ਚੋਂ ਵੇਚ, ਮੈਨੂੰ ਪਤਾ ਜਿੱਦਾਂ ਮੈਂ ਬਣਾਈ ਆ, ਤੈਨੂੰ ਮੈਂ ਭੇਜਾਂ ਕੈਨੇਡਾ। ਉਹ ਸਾਰੇ ਪਿੰਡ ਦੇ ਵਿੱਚ ਮੈਂ ਸ਼ਰਮਿੰਦਾ ਫਿਰਦਾ ਵਾਂ, ਸਮਝਦਾ ਨਾ, ਆ ਮੱਖਣ ਦਾ ਮੁੰਡਾ ਪੰਮਾ ਇੱਥੇ ਪੰਛੀ ਦੇ ਨਾਲ ਪਿੱਛੇ ਗਾਣੇ ਗਾਉਂਦਾ ਫਿਰਦਾ ਸੀ, ਹੁਣ ਸੈੱਟ ਹੋਇਆ ਵਿਆਹ, ਉੱਥੇ ਜਾ ਕੇ ਮਰਸਡੀ ਲੈ ਕੇ ਫਿਰਦਾ ਉਹ। ਕਾ ਬਿੱਟੂ ਸਿੰਘ ਦੇ ਮੁੰਡੇ ਵੀ ਗਏ ਸੀਗੇ, ਕੀ ਚੰਨ ਚਾੜ ਕੇ ਆਏ, ਆ ਘਰ ਉਦਾਂ ਹੀ ਬੈਠੇ ਹੋਏ, ਫੇਰ ਆ ਗਏ। ਵੇਚ ਦੇ, ਕਾਹਨੂੰ ਨਾਲ ਲੈ ਕੇ ਜਾਣੀ ਆ? ਮੈਂ ਕੱਲ ਹੀ ਵੇਚ ਦਵਾਂ, ਹੈ
मैं इतने बेच के लोगों दमीन वेखा बल्ले भी तेरे तू आप चलाना कर जाना असि धक्के खाते फिरना वा पूरे पिंड धक्के खाते फिर धक्के खाधे तुम मैं पालिया तेन इन्होंने जमीना चो पालिया बुढ़िया एक किले बेचना की होजू मैनू यह गल दस एक किले ना बेचना यह होजू मुड़ के मैं बेला होजू होर की होजू होर जमीन मुक गई होर लोगों की आ मैं ठेके ते करा काम भाई बीजी करा जेड़े आपदे पोता हो फिरी जान है ते फिरी जाओ सारे शर्म आउंदी है मैनू सारेयां दे अगे मैं ते तैनू पुत कहंदे आ शर्म आउंदी है तैनू भेज दिया मैं कनेडा ना तैनू अंग्रेजी आउंदी ना लैणा ना देणा उत्थे गल्लां किहदे ना करेगा तू गूंगा बन के फिरना उत्थे ओ होजू अगे दा तैनू उरे फिकर लग गया है एक किला ना बेची होर स्नेह दे जाई मैनू ओ एक किला हैगा इह वी बेच दियां ते मैं की करांगा ओ जिहड़े हवेली च 20 किले पए आ उहनां च को बेच दे ओए ओए ओ मेरे को छित्तर ना खा ली ओए ओ किले मझां दे आ उहदे नाल कट्टे बन्नी दे आ उहदे नाल मैं तैनू वी बन्न देणा ओ किले आ जमीन दा किला इक्को ही आ बुढ़िया हाँ गल तेरी ना अड़ी जड़ी आ मैनू ना बारे नहीं खांदी हैगी ओ गांह टोरिया जिधर जिधर नू पानी जांदा ना उधर उधर जा शायद तेरी अकल च पानी पै जावे किते जाना कनेडा भेजा तेनू कनेडा मां तेरी मर गई मैं दूजा ब्याह नहीं कीता मैं थानू मां बन के पालिया प्यो बन के पालिया ओ जुलम कर रहा मैं मां बन के भी तेज किला मैं तेनू देखा किन्ना कि मेरे नाल प्यार करदा वा तू आ जिन्हां दियां मामा मरिया बुढ़िया मरिया अगले तीन तीन करके बैठे आ मैं कीती आ मैं कीती किसे मैं कहा मेरा पुत्र रुल जाऊ वो ऐदा भी रोल ही रहा मैं पूरे पूरे पिंड दे विच ऊं ही फिरी जाना मैं ऊं ही फिरी जाना होर कत फिरना तू समझदा ना लैंड क्रूजर लै दे तेनू प्रधानमंत्री पिंड दा गुलाब सिंह सुरगपुरिया गया ही अगला सैट हो गया उत्थे जा गया वा उत्थे गड्डी चलांदा पुछ नू ओ गड्डी मैनू नहीं 28 घंटे गड्डी चलांदा वा सीट ते बह के सीट हो जांदी बंदे दी ओ जे मैं इत्थे खोता रेड़ी चला सकदा ते गड्डी नहीं चला सकदा वाह भाई तेरे शाहूकारा खोता रेड़ी तो गड्डी ते एकदम तू आ रहा ये गल भुल जा ओ सीने ते रख के मर जाना बापू हट जा बेच दे किला गोगिया गल पता की है पुत तू मेरा पोता ते तेनू समझाउणा मेरा फर्ज आ ओ फर्ज नहीं भेजणा फर्ज आ मैनू उत्थे भेज जहाज दे विच जावां मैं थोनू टा टा करां बारी दे विचों इत्थों करके ते चला जा तू इत्थों कदों चल जावां आहो ओ जमीन किथे जानी आ सारी केड़ी एक किला ओ चल नहीं किला बेचना कोई 5-6 मझां बेच दे तां वी सरजू मेरा अच्छा मझां बेच के ते मैं दुध लोकां दे घरों मंगदा फिरां लस्सी पाणी हैं केड़ी गल हो गई जे मैं तेनू माड़ा जिहा काम कह ही दिता माड़ा जिहा वा ओ कनेडा दा कही जाना तू माड़ा जिहा काम कहदा मैं तेरा करदा नहीं एडा कि तू एंजी हो गया चल छेती कर गा हो जा आ सानू डंगरां दा टुरिया ही रखदा वा कनेडा भेज दे बापू मैं किसे पासे नू मुंह कर जूंगा आ जा खाल्यो खाली चलने पियो पुत दोवें कनेडा ही निकलांगे जाके आ जा गल ठीक नहीं हैगी ओ कनेडा तेन पता नहीं तू खबर नहीं सुनदा की हो गया इत्थे उत्थे जंगलों नू लगी हुई अग ओ तां अगे तेरे अर्गे जंगलों चो कढ कढ बचाउण दा उहनां नू किथे तुरिया जांदा अग अमरीका तक पहुंच गई है बुढ़ा ही साडे खिलाफ होया वा सानू उहनां ने किदां बाणना वा कनेडा कनेडा ओ साडे सियाणे कहिंदे हुंदे सीगे वी बाहर दी पूरी नालों घर दी अद्धी चंगी आ ओ तू तां मैनू घर वी अद्धी दिंदा वा कद पूरी दिंदा वा पूरी हुंदी आ अद्धी अद्धी खा लईदी आ प्यो पुत दो तां है वा तू तां मेरा ढिड खोया पिया वा उत्थे बहना तू सारा पिंड चिट्टे ते लग गया मैनूं तां डर आ कितें तू वी ना उत्थे लग जाए ओ मैं नहीं लगदा चिट्टे चुट्टे ते समझदे आ ना जिहड़ी मैं गल कही आ कर उत्थे अगे जंगलां दे विच अग लगी हुई है ओ ते जिहड़ी मैनूं इत्थे कनेडा जाण दी अग लगी हुई आ ओ कौन दी होऊगा आ खाल्यो खाले आ जा तेरी आप ही बुझ जाणी आ जा ओ केड़ी रनवे आ जिहड़ी खालो खाली जांदी आ जहाज च बहना पैंदा ओहदे वास्ते आ वेख मिर्च किड्डी सोहणी होई आ ऐतकी ਇਹ ਖਵਾ ਦੇ ਦੋ ਕੈਨੇਡਾ ਪਹੁੰਚ ਜਾਏਗਾ ਖਾ ਗੱਲਾਂ ਬੁੜਿਆ ਆਉਂਦੀਆਂ ਤੈਨੂੰ ਬਸ ਸਮਝਦਾ ਨਾ ਆ ਦੇਖ ਤਾਂ ਸਹੀ ਮਿਰਚ ਲੱਗੀ ਐਦ ਕੀ ਕਿੱਡੀ ਵਧੀਆ ਇਹ ਮੰਡੀ ਲੈ ਕੇ ਜਾਣਾ ਸੌਦਾ ਤੂੰ ਸਾਰਾ ਹੈ ਉਹ ਮੈਂ ਕਿੱਲਾ ਹੋਰ ਲੈ ਦੂੰਗਾ ਆ ਕੇ ਤੈਨੂੰ ਮੈਂ 2 ਕਿੱਲੇ ਲੈ ਦੂੰਗਾ ਮੈਨੂੰ 1 ਸਾਲ ਖੜ ਲੈਂਦੇ ਕੈਨੇਡਾ ਬਸ ਉਹ ਤਾਂ ਸਿਆਣੇ ਕਹਿੰਦੇ ਆ ਵੀ ਕਿਸੇ ਦਾ ਮੂੰਹ ਲਾਲ ਹੋਵੇ ਤਾਂ ਚਪੇੜਾ ਮਾਰ ਮਾਰ ਕੇ ਆਪਣਾ ਤੇ ਤੇਰਾ ਲਾਲ ਨਹੀਂ ਹੋਣਾ ਤੇ ਹੋਰ ਕਾਲਾ ਨਾ ਕਰ ਲਈ ਅੱਛਾ ਬਾਪੂ ਮੈਂ ਇੱਕ ਗੱਲ ਤੁਹਾਨੂੰ ਦੱਸ ਦਵਾਂ ਹਾਂ ਮੈਨੂੰ ਭੇਜਿਆ ਨਾ ਤੇ ਮੈਂ ਕਿਸੇ ਪਾਸੇ ਨੂੰ ਮੂੰਹ ਕਰ ਜਾਣਾ ਵਾ ਅੱਛਾ ਉਹ ਢਾਰੇ ਵਾਲ ਮੂੰਹ ਕਰ ਤੇ ਉਥੋਂ ਦੂਜੀ ਕਈ ਲਿਆ ਚੁੱਕ ਕੇ ਚੱਲ ਬਸ ਇੱਥੇ ਮੂੰਹ ਕਰਾਈ ਜਾਈ ਮੇਰਾ ਕਿਤੇ ਕੈਨੇਡਾ ਨੂੰ ਨਾ ਮੂੰਹ ਤੇ ਕਰਾਈ ਆਪਣੀ ਫਸਲਾਂ ਜ਼ਮੀਨਾਂ ਆਪਣੀ ਧਰਤੀ ਵਰਗੀ ਧਰਤੀ ਹੈ ਕੋਈ ਉਹ ਬਾਪੂ ਡਾਲਰਾਂ 'ਚ ਪੈਸੇ ਆਉਂਦੇ ਨੇ ਕੈਨੇਡਾ 'ਚੋਂ
लालची कुत्ता ना बन डोलना धक्के मार ला सानू ओई कहीं चक के मार दे तमा मार भी देनी आ समझदा ना तेरे को जर्नी हुंदा एक पुत नहीं पाल हुंदा तेरे को एक सारा पिंड तमाशा देखूगा तो मैं नहीं पालिया पुत खेती बाड़ी करता रहा हूं तेन जमीन बुरी लगती है किसान की मां होंगी धरती जमीन ए नहीं मैं बेच सकता दिल रोंदा मेरा जब मेनू अगले कहंदे भी असीं सैट हो गए कनेडा जाके हो गया तो हो जाने जुदाइया भी दे किनिया मैं तेरे बगैर एक मिनट नहीं रह सकता हाँ। तेरी मैं शक्ल ना देख लवा ते मोनी देर मेनू नींद नहीं आउंदी तेरे को डर के सोना मैं ए सारे ना बहाने आ थोड़े ना भेजन दे मैं ना भी नहीं बेचनी बस गल ए आ विच मां हुंदी आ हैं मैं दूजा ब्याह नहीं कराया यकीन कर तेरी खातिर ओ बुढ़िया मिरते ना पाई जा समझदा ना तेन तो कुड़ी कोई नहीं सी दिंदा पिंड च ओ क्यों नहीं सी दंदा 20 रिश्ते आए मेरे को आ जेड़ा हगा विचोला चाचा बिछना तेन रिश्ते आड़ा एडा तू मनिंदर गिल रहना मैं तेन तू चाहना प्यो की भोग ते बह के लतीफे गावा चाचे बिछने वांगू बुढ़िया 2 किले जमीन हां एक किला बेच के तू अपना ब्याह कर ला अच्छा एक किला बेच के मेनू कनेडा भेज दे एदा मेरी बिश भी पूरी हो जूगी मेनू मां भी मिल जूगी बहुत अच्छे ओ मैं नहीं लियांदा भुल जा तू मैं नहीं कराउणा ब्याह ओ तू ब्याह तेनू मैं कनेडा भेजणा ही अगे आ जा अगे गा हो जा आ वे फसल सारी जवान हुंदी जांदी आ तेनू नहीं अकल आउंदी आ सारा कनेडा जाना तू कनेडा खाले मरवा मरवा के साडी ना सारी एनर्जी उरे जाया कर देणी आ तैं ओ बुढ़िया मेनू भेज दे कनेडा मैं किसे पासे मूंह कर जाना मैं तू किसे पासे मूंह करना हां घर वाल मूंह कर मेरे लिए लस्सी लेके आ चल जा लस्सी लेके आ बड़ा ध्यान हां तू हां सारा ता काम मैं कीता खाला मैं मारया ते तेनू लगी पई है केड़ा खाला मारता तू हां इधर हो जा इथे तेनु मैं कोई सेट करा देना तेनु किते काम कुम करा देना टायरां दी दुकान पा देया मैं उधर जाऊंगा थोड़े लिए बुढ़िया मैं मेम लेके आऊंगा वधिया तू खेता च गया होवे वापस आवे ओ रोटी पकाई होवे रसोई दे विच बह के ए लस्सी तेनु पेश करे ओ वधिया हो जूगा काम तू कनेडा लई मेरे को हीर लियाउणी है तू जिहड़ी खेतां दे विच मेनू हैं मेरी तां उहना बननी नहीं ना ओदी अंग्रेजी दी मेनू समझ जड़ी ना मेरी पंजाबी दी ओनू आउणी ओ मैं इदा चंगा वा थोड़े च लड़ाई नहीं होऊगी लड़ाई तेनू ओदी समझ आवे ना ओनू तेरी आवे गुजारा हो जूगा चंगा हजे भी मन जा मैं ओदे को लस्सी मंगाओ मेनू 20 दे देवे वाह भाई बात रे अगे हो तू जाना तेनू जांदे ही तेरे लई तां मेम रखी है उन्होंने भी ला जा पियो वास्ते बुढ़िया मेरी गल मन जा मैं धक्के खाने पैंदे आ कुत्ते नहाउणे पैंदे आ गोगिया गड्डियां धोणियां पैंदियां पंपां दे उत्ते शीशियां दे कपड़े मारने पैंदे आ ਕਿਨੇ ਕਿਨੇ ਵੱਡੀ ਬਿਲਡਿੰਗ ਆ ਉੱਤੇ ਚੜ ਕੇ ਕੰਮ ਕਰਨਾ ਪੈਂਦਾ ਕਿਹੜਾ ਕੈਨੇਡਾ ਮੇਰੇ ਜਿਗਰ ਨੂੰ ਹੱਥ ਪੈ ਜਾਂਦਾ ਜੇ ਤੂੰ ਕੈਨੇਡਾ ਦਾ ਨਾਂ ਲੈਣਾ ਉਹ ਤੈਨੂੰ ਕਹਦਾ ਜਿਗਰ ਨੂੰ ਹੱਥ ਪੈ ਜਾਂਦਾ ਵੀ ਹੈ ਲੋਕਾਂ ਦੇ ਜਵਾਕ ਗਏ ਨਹੀਂ ਬਾਹਰ ਉਹਨਾਂ ਦੇ 6-6 ਆ 4 ਚਲੇ ਗਏ 2 ਤਾਂ ਇੱਥੇ ਹੀ ਆ ਤੂੰ ਵੀ 3-4 ਹੋਰ ਜੰਮ ਲੈਂਦਾ ਮੈਂ ਤੇਰਾ ਹੱਥ ਟੱਕਿਆ ਸੀ ਯਾਦ ਨਹੀਂ ਆਉਂਦੀ ਤੇਰੇ ਤੋਂ ਤੇਰੇ ਜੰਮਣ ਤੋਂ ਬਾਅਦ ਤਾਂ ਰਹੀ ਨਹੀਂ ਉਹ ਦੁਨੀਆ ਦੇ ਉੱਤੇ ਮੈਂ ਕਿੱਥੋਂ ਜੰਮ ਲੈਂਦਾ ਮੈਂ ਗੋਗੇ ਤੈਨੂੰ ਨਾ ਗੁਰਦੁਆਰੇ 'ਚ ਮੱਥਾ ਟੇਕ ਲਿਆ ਤੇ ਹੁਣ ਤੂੰ ਪਿਓ ਨਾਲ ਮੱਥਾ ਲਾ ਲਿਆ ਉਹ ਕੋਈ ਮੱਥਾ ਨਹੀਂ ਲਾਉਣ ਵਾਲੇ ਐਵੇਂ ਦਿਲ ਤੇ ਬਾਪੂ ਗੱਲ ਲਾਈ ਹੋਈ ਆ ਲੋਕਾਂ ਦੇ ਬਾਪੂ ਬਾਹਰ ਭੇਜਦੇ ਨਹੀਂ ਲੋਕਾਂ ਨੂੰ ਮੈਂ ਨਹੀਂ ਭੇਜਣਾ ਮੈਂ ਤਾਂ ਕਿਸੇ ਪਾਸੇ ਨੂੰ ਮੂੰਹ ਕਰ ਜੂੰਗਾ ਉਹ ਦੁਕਾਨ ਵਾਲਾ ਨੇ ਉਧਰ ਨੂੰ ਮੂੰਹ ਕਰਕੇ ਨਾ ਉੱਥੋਂ ਮੇਰੇ ਲਈ ਨਾ ਬਿਸਕੁਟਾਂ ਦਾ ਪੈਕਟ ਲਿਆ ਇੱਕ ਚੱਲ ਉਹ ਕੈਨੇਡਾ ਦੁਕਾਨ ਆ ਉਹ ਮੈਂ ਨਹੀਂ ਜਾਂਦਾ ਮੈਂ ਨਹੀਂ ਕਰਦਾ ਭਾਈ ਆਹ ਕੰਮ ਜਾ ਚੱਕ ਆਪਣੀ ਕਰਦਾ ਨਹੀਂ ਫੜ ਮੈਂ ਨਹੀਂ ਕਰਦਾ ਮੈਂ ਨਹੀਂ ਕਰਨਾ ਕੰਮ ਮੈਂ ਨਹੀਂ ਕਈ ਨੂੰ ਹੱਥ ਲਾਉਣਾ ਮੈਂ ਜੇ ਕੰਮ ਕਰੂੰਗਾ ਉਧਰ ਹੀ ਜਾ ਕੇ ਕਰੂੰਗਾ ਮੈਂ ਵੀ ਜੇ ਤੂੰ ਕੈਨੇਡਾ ਚਲਾ ਗਿਆ ਨਾ ਫਿਰ ਮੇਰੇ ਮਰਨ ਤੋਂ ਬਾਅਦ ਹੀ ਜਾਊਂਗਾ ਤੂੰ ਮੈਂ ਤੈਨੂੰ ਹੱਥੀ ਮਾਰ ਦੂੰਗਾ ਤੇਰੇ ਇੱਥੇ ਟੋਟੇ ਕਰਕੇ ਤੇ ਪੈਣੀਆਂ ਹੀ ਦੱਬ ਦੇਣਾ ਖਬਰਾਂ ਨਹੀਂ ਪੜਦਾ ਤੂੰ ਬੁੜਿਆ ਤੂੰ ਬਠਿੰਡੇ ਦੀ ਖਬਰ ਨਹੀਂ ਸੁਣੀ ਮੇਰਾ ਖਿਆਲ ਕਿਹੜੀ ਪੁੱਤ ਨੇ ਨਾ ਪਿਓ ਮਾਰ ਕੇ ਤਾਂ ਜ਼ਮੀਨ 'ਚ ਹੀ ਦੱਬਤਾ ਉੱਥੇ ਤੂੰ ਫਿਰ ਅੰਮ੍ਰਿਤਸਰ ਦੀ ਨਹੀਂ ਸੁਣੀ ਪਿਓ ਨੇ 6 ਮਾਰ ਕੇ ਤਾਂ ਉੱਥੇ ਹੀ ਦੱਬਤੇ ਸੀ ਇਦਾਂ ਦੇ ਸੀਗੇ ਅਗੋ ਆਕੜਦੇ ਸੀ ਪਿਓ ਨਾਲ ਪਿਓ ਦਾ ਪਿਓ ਨਹੀਂ ਬਣ ਸਕਦਾ ਤੂੰ ਉਹ ਹਾਂ ਕਿਹੜੀ ਗੱਲ ਹੋਈ ਉਹ ਮਾੜੀ ਜੀ ਤਾਂ ਗੱਲ ਵਾ ਜ਼ਮੀਨ ਵੇਚ ਮੈਂ ਨਹੀਂ ਵੇਚਣੀ ਉਹ ਕਾਹਦੇ ਨਹੀਂ ਵੇਚਣੀ ਲੋਕੀ ਵੇਚਦੇ ਨਹੀਂ ਆਪਣੇ ਜਵਾਕਾਂ ਵਾਸਤੇ ਵੇਚੀ ਜਾਣ ਲੋਕਾਂ ਦੇ ਜ਼ਮੀਰ ਮਰੇ ਆ ਕਿਸਾਨ ਆਪਣੀ ਮਾਂ ਵੇਚ ਦੇਵੇ ਬੱਲੇ ਬਈ
ਆਪਦੀ ਮਾਂ ਦਾ ਖਹਿੜਾ ਨਹੀਂ ਛੱਡਦਾ ਸਾਡੀ ਮਾਂ ਜਿਹੜੀ ਆ ਉੱਤੇ ਭੇਜਤੀ ਆ ਉਹ ਤਾਂ ਰੱਬ ਵੱਲੋਂ ਗਈ ਆ ਮੈਂ ਗਲਾ ਘੁੱਟਿਆ ਉਹਦਾ ਤੈਨੂੰ ਵੀ ਮਾਰ ਕੇ ਮੈਂ ਇਹੀ ਕਹਿਣਾ ਲੋਕਾਂ ਨੂੰ ਕਿ ਰੱਬ ਵੱਲੋਂ ਆਈ ਹੋਈ ਸੀ ਸਮਝਦਾ ਨਾ ਇਹ ਸਾਨੂੰ ਮਾਰਤਾ ਖਾਲੇ ਮਾਰ ਮਰਵਾ ਮਰਵਾ ਕੇ ਇੱਧਰ ਆ ਜਾ ਇੱਧਰ ਆ ਜਾ ਬਹੁਤ ਕੰਮ ਪਿਆ ਵਾ ਉਹ ਤਾਂ ਨਹੀਂ ਐਵੇਂ ਪਿਓ ਨਾਲ ਜਿੱਦ ਲਾਈ ਦੀ ਛੱਡ ਦੇ ਆ ਜਾ ਓਏ ਹੱਕ ਦੀ ਗੱਲ ਆ ਬੁੜਿਆ ਜਿੱਦ ਵਾਲੀ ਕਿਹੜੀ ਗੱਲ ਆ ਇਹਦੇ 'ਚ ਇਹ 'ਚ ਕਿਹੜੀ ਹੱਕ ਵਾਲੀ ਆ ਜੀ ਹਾਂ ਹਾਂ ਇੱਥੇ ਬਹਿ ਗੋਗੇ ਮੈਂ ਤੈਨੂੰ ਨਾ ਗੱਲ ਸਮਝਾਵਾਂ ਪੁੱਤ ਬੁੱਢੇ ਬਾਰੇ ਤੂੰ ਮੈਨੂੰ ਵੀ ਸਮਝਾ ਜੇ ਤਾਂ ਤੂੰ ਮੈਨੂੰ ਉੱਥੋਂ ਮਨਾ ਕਰਨਾ ਜਾਣ ਤੋਂ ਫੇਰ ਤਾਂ ਮੇਰੀ ਸਮਝ ਵੀ ਗੱਲ ਕੋਈ ਸਮਝ 'ਚ ਨਹੀਂ ਆਉਣੀ ਹੈਗੀ ਬਹਿ ਤਾਂ ਸਹੀ ਬਹਿ ਕੇ ਪਿਓ ਪੁੱਤੀਆਂ ਹੁਣ ਇੱਥੇ ਤੀਜਾ ਬੰਦਾ ਤਾਂ ਕੋਈ ਨਹੀਂ ਨਹੀਂ ਤੀਜਾ ਬੰਦਾ ਵੀ ਜ਼ਰੂਰਤ ਪਈ ਤਾਂ ਮੈਂ ਪਰਿਆ ਪੰਚਾਇਤ ਲਾਉਂਗਾ ਪਿੰਡ 'ਚ ਪੰਚਾਇਤ ਵਾਲੇ ਮੈਨੂੰ ਝੂਠਾ ਕਹਿੰਦੇ ਹਾਂ ਸਰਪੰਚ ਨੂੰ ਬੁਲਾਉਂਗਾ ਤੇ ਸਰਪੰਚ ਤੈਨੂੰ ਛਿੱਤਰ ਮਾਰੂ ਉਹ ਕਾਹਤੇ ਤੇ ਕੈਨੇਡਾ ਤੋਂ ਮੈਨੂੰ ਬੁਲਾਉਣਾ ਉਹਨੇ ਵੀ ਮੁੰਡੇ ਨੂੰ ਕਿਉਂ ਨਹੀਂ ਭੇਜ ਰਿਹਾ ਆਹੋ ਤਾਂ ਵੀ ਮੇਰਾ ਹੱਕ ਨਹੀਂ ਜ਼ਮੀਨ 'ਚ ਮੇਰਾ ਹਿੱਸਾ ਨਹੀਂ ਜਾਂ ਤਾਂ ਮੁੱਕਰ ਇਸ ਗੱਲ ਤੋਂ ਨਾ ਤੂੰ ਮੇਰੀ ਚਿਤਾ ਨੂੰ ਅੱਗ ਕੌਣ ਲਾਊ ਫਿਰ ਬਾਅਦ 'ਚ ਕੋਈ ਅੱਗ ਤੇਰੀ ਮੈਂ ਸਵਖਤੇ ਲਾ ਜਾ ਹੁਣ ਹਾਂ ਜਦੋਂ ਟਾਈਮ ਆਊਗਾ ਉਦੋਂ ਹੀ ਲਾਊਂਗਾ ਕੈਨੇਡਾ ਹੁਣ ਤਾਂ ਮੈਂ ਇੱਥੇ 3 ਦਿਨ ਰੱਖਿਆ ਜੀ ਮੁੰਡਾ ਕੈਨੇਡਾ ਆਊਗਾ ਤੇ ਚਿਤਾ ਨੂੰ ਅੱਗ ਲਾਊ ਉਹ ਘਬਰਾ ਨਾ ਬੁੜਿਆ ਦਿਨ ਇੱਕ ਲੱਗਦਾ ਵਾ ਤਾਂ ਬੰਦਾ ਆ ਜਾਂਦਾ ਵਾ ਤੂੰ ਤਿਆਰੀ ਕਰ ਭੋਗ ਦੀ ਫੇਰ ਫੇਰ ਉਹੀ ਗੱਲ ਬੁੜਿਆ ਮੈਨੂੰ ਬਾਹਰ ਭੇਜ ਦੇ ਮੈਂ ਕਿਸੇ ਪਾਸੇ ਨੂੰ ਮੂੰਹ ਕਰ ਜਾਊਂਗਾ ਬਈ ਤੂੰ ਕਰ ਜਾ ਕਿਸੇ ਪਾਸੇ ਨੂੰ ਮੂੰਹ ਕਰ ਜਾ ਕਿਹੜੇ ਮੂੰਹ ਤੇਰੀ ਗੈਰਤ ਦਾ ਇਹ ਤਾਂ ਮੈਂ ਤੈਨੂੰ ਕਹਿਣ ਵਾਲੇ ਸੀ ਵੀ ਮੂੰਹ ਪਰੇ ਕਰ ਲਾ ਨਹੀਂ ਹੁਣ ਕੀ ਸੋਚਿਆ ਮੇਰੇ ਬਾਰੇ ਮੈਂ ਇਹ ਸੋਚਿਆ ਪੁੱਤ ਪਿਓ ਪੁੱਤ ਰਲ ਕੇ ਇੱਥੇ ਬਾਈ ਬੀਜੀ ਕਰਨੇ ਆ ਜ਼ਮੀਨ ਆ ਇੱਥੋਂ ਫਸਲ ਉੱਗਦੀ ਆ ਆਪਣੇ ਘਰ ਦੇ ਵਿੱਚ ਖੁਸ਼ ਤੂੰ ਚਲਾ ਗਿਆ ਤਾਂ ਮੈਂ ਕੰਨਾਂ ਨਾਲ ਗੱਲਾਂ ਕਰਨੀਆਂ ਉਹ ਵੀਡੀਓ ਕਾਲ ਹੋ ਜਾਂਦੀ ਆ ਬਾਪੂ ਕਾਹਨੂੰ ਹੈ ਕਰਦਾ ਉਹ ਤੈਨੂੰ ਪਤਾ ਮੈਨੂੰ ਤਾਂ ਪੁੱਤ ਚਲਾਉਣਾ ਹੀ ਨਹੀਂ ਆਉਂਦਾ ਮੈਂ ਬਟਨ ਵਾਲਾ ਰੱਖਿਆ ਹੋਇਆ ਉਹ ਰਹੀਆਂ ਮਹੀਨਾ ਹਜੇ ਸਿੱਖ ਲੈ ਕਿਸੇ ਤੋਂ ਸਿੱਖ ਲਾ ਹੁਣ ਤੇਰੀ ਖਾਤਰ ਮੈਂ ਉਹ ਸਿੱਖਦਾ ਫਿਰਾਂ ਹੈ ਇੱਥੇ ਤੈਨੂੰ ਛੋਟਾ ਮੋਟਾ ਕੰਮ ਕਰਾ ਦਿੰਦਾ ਜਿੱਦਾਂ ਦਾ ਕਹਿੰਦਾ ਕਰਾ ਦਿੰਦਾ ਉਹ ਤੈਨੂੰ ਕੰਮ ਕਰਾ ਦੂੰਗਾ ਇੱਥੇ ਆ ਕੇ ਜੋ ਕਹੇਗਾ ਉਹ ਮੈਂ ਕੀ ਹੁਣ ਬੁੱਢੇ ਬਾਰੇ ਕੰਮ ਕਰਨਾ ਜਿਹੜਾ ਕੰਮ ਕਰਨਾ ਉਹ ਤਾਂ ਮੈਂ ਕਰ ਬੈਠਾ ਆਹ ਕੰਮ ਹੋਇਆ ਮੇਰੇ ਹੱਥੋਂ ਆਹ ਗੱਲਾਂ ਆਉਂਦੀਆਂ ਤੈਨੂੰ ਗਲੀਚਾਂ ਆਉਂਦੀਆਂ ਵਾ ਤੈਨੂੰ ਹੁੰਦਾ ਵੀ ਜਹਾਜ਼ 'ਚ ਬਹਿ ਕੇ ਜਾਵਾਂ ਤੈਨੂੰ ਪਤਾ ਜਹਾਜ਼ ਰਾਹ ਦੇ ਵਿੱਚ ਹੀ ਓਏ 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 ਬੁੜਿਆ ਮੈਂ ਸਾਰੇ ਪਿੰਡ ਦੇ ਬਾਪੂ ਦੇਖਿਆ ਤੇਰੇ ਵਰਗਾ ਚੋਰਾ ਮੈਂ ਨਹੀਂ ਦੇਖਿਆ ਹੈਗਾ ਤੂੰ ਚੋਰਾ ਕਹਿਣਾ ਚੋਰਾ ਕਹਿਣਾ ਹੋਰ ਮੈਂ ਕਈ ਮਾਰ ਕੇ ਨਾ ਤੇ ਤੇਰੇ 'ਚੋਂ ਆਪਣਾ ਸਭ ਕੁਝ ਕੱਢ ਲੈਣਾ ਵੀ ਇਹ ਕੀ ਗੱਲ ਹੋਈ ਬਈ ਤੂੰ ਚੋਰਾ ਕਿਹਨੂੰ ਕਹਿੰਦੇ ਆ ਉਹ ਇਨਸਾਫ ਕਿ ਵੀ ਕਰੇਗਾ ਕਿ ਨਹੀਂ ਇਨਸਾਫ ਕਰਦਾ ਇਨਸਾਫ ਕੀਤਾ ਨਹੀਂ ਮੈਂ ਤੈਨੂੰ ਪਾਲਿਆ ਨਿੱਕੇ ਹੁੰਦੇ ਤੈਨੂੰ ਕਚਹਿਰੀਆਂ ਧੂੰਗਾ ਮੈਂ ਫੇਰ ਸੈੱਟ ਰਹਿਣਾ ਤੂੰ ਉਹ ਮੈਨੂੰ ਕਾਹਦੇ ਲਈ ਕਚਹਿਰੀਆਂ ਧੂਏਗਾ ਨਹੀਂ ਫਿਰ ਮੈਂ ਧੂੰਗਾ ਮੈਂ ਜਾ ਕੇ ਕੇਸ ਕਰੂੰਗਾ ਕਿ ਮੇਰੀ ਜ਼ਮੀਨ ਜਿਹੜੇ ਮੇਰੇ ਨਾਮ ਆ ਕਰਾਓ ਮੈਂ ਜਾਣਾ ਬਈ ਆ ਹੁਣ ਮੈਨੂੰ ਗੱਲ ਸਮਝ ਆਈ ਆ ਤੂੰ ਕਾਹਦੇ ਲਈ ਇੱਡਾ ਤਿੰਗੜ ਰਿਹਾ ਇੱਥੇ ਬਹਿ ਜਾ ਇਹ ਬਹਿ ਜਾ ਤੇਰੇ ਕੋਲ ਤਾਂ ਬਹਿਣ ਨੂੰ ਵੀ ਦਿਲ ਨਹੀਂ ਕਰਦਾ ਐਸੇ ਬਾਪੂ ਕੋਲੋਂ ਜ਼ਾਲਮ ਕੋਲੋਂ ਚੱਲ ਬਹਿ ਤਾਂ ਸਹੀ 2 ਮਿੰਟ ਤਾਂ ਬਹਿ ਜਾ ਕੁਛ ਨਹੀਂ ਹੁੰਦਾ ਅਸਲ 'ਚ ਗੱਲ ਪਤਾ ਕੀ ਇਹ ਜ਼ਮੀਨ ਪੁੱਤ ਤੇਰੀ ਆ ਮੈਂ ਹਿੱਕ ਤੇ ਰੱਖ ਕੇ ਲੈ ਜਾਣੀ ਮੇਰੇ ਤੋਂ ਬਾਅਦ ਤੇਰੇ ਕੋ ਅੱਗੋਂ ਤੇਰੀ ਨਸਲ ਕੋ ਅੱਗੋਂ ਤੇਰੀ ਨਸਲ ਕੋ ਏਦਾਂ ਮਾਂ ਫਿਰ ਕੋਲ ਰਹਿੰਦੀ ਆ ਇਹ ਮਾਂ ਨੂੰ ਘੜੀ ਤੂੰ ਮੇਰੇ ਵੱਲ ਹਵਾਲੇ ਕਰ ਦੇ ਮੈਂ ਵੇਚ ਦੂੰਗਾ ਆਪੀ ਮੈਂ ਕਰ ਲੂੰਗਾ ਆਪਣਾ ਸਰਬੰਧ ਤੇ ਕਹਿੰਦਾ ਤਾਂ ਮੈਂ ਵਿਚੋਲੇ ਨੂੰ ਪਾ ਕੇ ਤੇਰਾ ਵਿਆਹ ਕਰ ਦੇਣਾ ਹੋਰ ਦੱਸ ਉਹ ਵਿਆਹ ਕਰਕੇ ਮੈਂ ਬੌਂਡ ਹੋਣਾ ਪਿੰਡ ਦੇ ਵਿੱਚ ਮੈਂ ਲੱਤ ਨਾ ਬਾਹਰ ਰੱਖਣ ਜੋਗਾ ਰਹਾ ਨਹੀਂ ਵਿਆਹ ਕਰਕੇ ਬੌਂਡ ਕੀ ਹੋਣਾ ਪਿੰਡ ਦਾ ਪਿੰਡ ਵਾਲੇ ਤੇਰੇ ਕੋ ਕੀ ਕੰਮ ਕਰਾਉਣ ਲੱਪਣਗੇ ਵੀ ਆਹ ਲਿਆ ਦੇ ਗੋ ਗਿਆ ਉਹ ਨਹੀਂ ਫਿਰ ਨਿਆਣੇ ਹੋ ਜਾਂਦੇ ਆ ਫੇਰ ਨਹੀਂ ਬਾਹਰ ਜਾਣ ਦਾ ਮਜ਼ਾ ਹੈਗਾ ਮੈਂ ਕਹਿੰਦਾ ਵੀ ਤੁਸੀਂ ਨਾ ਇੱਕ ਕਿੱਲਾ ਵੇਚ ਕੇ ਮੈਨੂੰ ਬਾਹਰ ਭੇਜ ਫੇਰ ਦੇਖੀ ਤੂੰ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਨਾ ਆ ਸਾਰਾ ਪਿੰਡ ਹੀ ਆਪਾਂ ਖਰੀਦ ਲੈਣਾ ਵਾ ਤੇਰੇ ਟੌਰ ਹੀ ਹੋ ਜਾਣੇ ਆ ਉਹ ਤੈਨੂੰ ਮੈਂ ਸਰਪੰਚ ਦੇਖਣਾ ਚਾਹੁੰਦਾ ਪਿੰਡ ਦਾ ਲੇਕਿਨ ਮੈਂ ਤੈਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਦੇਖਣਾ ਚਾਹੁੰਦਾ ਉਹ ਕੀ ਹੋ ਗਿਆ ਅੱਖਾਂ ਮੈਂ ਤੈਨੂੰ ਮੇਰੀ ਕੋਈ ਫੋਟੋ ਖਿੱਚ ਲਾ ਮੇਰੇ ਨਾਲ ਗੱਲਾਂ ਕਰ ਲਾ ਰਿਕਾਰਡਿੰਗ ਹੋ ਜਾਂਦੀ ਆ ਤੂੰ ਮੇਰੇ ਸਾਹਮਣੇ ਰਹਿਣਾ ਮੇਰੀਆਂ ਅੱਖਾਂ ਨੂੰ ਠੰਡ ਰਹਿੰਦੀ ਆ ਕਿਹੜੀ ਮੈਂ ਹੱਥਾਂ ਦੇ ਬਰਫ਼ ਲਈ ਫਿਰਦਾ ਉਹ ਪੁੱਤ ਜਦੋਂ ਮੇਰਾ ਚਲਾਣਾ ਹੋਊ ਮੈਂ ਚੜ੍ਹਾਈ ਕਰ ਜਾਊਂਗਾ ਫਿਰ ਜੋ ਮਰਜ਼ੀ ਕਰਦਾ ਫਿਰ ਨਹੀਂ ਤੇਰੇ ਵਰਗੇ ਬਾਬੇ ਨਾ ਕਈ ਇੱਥੇ ਰੁਲਦੇ ਫਿਰਦੇ ਆ ਜਾਣ ਨਹੀਂ ਰਹੇ ਹੋਏ ਤੈਨੂੰ ਨਾ ਚੜ੍ਹਾਈ ਮੈਂ ਤੇਰੀ ਆਪ ਕਰਾਉਣੀ ਪੈਣੀ ਆ ਮੈਨੂੰ ਵੇਖ ਪਿਓ ਨੂੰ ਕੀ ਕਹਿੰਦਾ ਪਿਓ ਨੂੰ ਉਹ ਫਿਰ ਹੋਰ ਕੀ ਤੈਨੂੰ ਮੈਂ ਹਾਰ ਪਾਵਾਂ ਉਹ ਪਿੰਡ ਵਾਲੇ ਤਾਂ ਪਹਿਲਾਂ ਹੀ ਸਾਡੇ ਕੋਲੋਂ ਇੰਨੀ ਨਫ਼ਰਤ ਕਰਦੇ ਆ ਕੋਈ ਸਮਝਦੀ ਹੁੰਦੀ ਗੱਲ ਗੋਗੇ ਉਹ ਬਾਪੂ ਤੇਰੇ ਨਾਲ ਦੇ ਸਾਰੇ ਬਾਬੇ ਚੜ੍ਹਾਈ ਕਰ ਗਏ ਆ ਆ ਤੂੰ ਪਤਾ ਨਹੀਂ ਕਦ ਚੜ੍ਹਾਈ ਕਰਨੀ ਆ ਮੇਰੀ ਗੱਲ ਸੁਣ ਲੈ ਤੇਰੀ ਗੱਲ ਦਿਲ 'ਚ ਹੀ ਰਹਿ ਜਾਣੀ ਆ ਤੇਰੀ ਮੈਂ ਜਹਾਜ਼ ਦੇ ਚੜ੍ਹਾਈ ਨਹੀਂ ਹੋਣ ਦੇਣੀ ਬੁੜਿਆ ਗੱਲਾਂ ਦੋ ਹੀ ਆ ਮੈਂ ਚਾਹੁੰਦਾ ਜਾਂ ਤਾਂ ਕੈਨੇਡਾ ਜਾਣ ਲੱਗਿਆ ਮੇਰੇ ਦੋਸਤ ਮੇਰੇ ਨਾਲ ਜੱਫੀਆਂ ਪਾਉਣ ਜਾਂ ਤੇਰੇ ਫਿਰ ਭੋਗ ਤੇ ਪਾਉਣ ਮੈਨੂੰ ਆ ਕੇ ਕਿਹਦੇ ਨਹੀਂ ਹੁੰਦਾ ਭੋਗ ਤੇ ਜੱਫੀਆਂ ਪਾਉਣ ਭੋਗ ਤੇ ਤੈਨੂੰ ਜੱਫੀਆਂ ਪਾਉਣ ਤੇਰੇ ਅੱਬੇ ਨੇ 200 ਸਕੋਰ ਕੀਤਾ ਹਨਾ ਭੋਗ ਭੁੱਲ ਜਾ ਹੁਣ ਇਹ ਜਦੋਂ ਰੱਬ ਵੱਲੋਂ ਆਈ ਉਦੋਂ ਹੀ ਆਉਣੀ ਆ ਤੇਰੇ ਕਹਿਣ ਤੇ ਨਹੀਂ ਆਉਣੀ ਮੈਂ ਕਹਿਣਾ ਰੱਬ ਨੂੰ ਮੇਰੀ ਵੀ ਮਨ ਦਾ ਹਲਕੀ ਫੁਲਕੀ ਉਹ ਤੂੰ ਕਿਤੇ ਚੱਕਿਆ ਹੀ ਜਾਵੇਂ ਤਾਂ ਚੰਗਾ ਵਾ ਇਹਦੇ ਨਾਲੋਂ ਸਮਝਦਾ ਨਾ
ਤੇਰੇ ਦਾ ਚੱਕਦਾ ਵੀ ਕੋਈ ਨਹੀਂ ਜਿੰਨਾ ਤੂੰ ਜ਼ੁਲਮ ਕਰ ਰਿਹਾ ਤੂੰ ਤਾਂ ਛੋਟਾ ਹੁੰਦਾ ਕੋਈ ਨਹੀਂ ਚੱਕਦਾ ਜਿੰਨਾ ਪਿਆਰ ਰਹਿੰਦੇ ਇਹਨੂੰ ਤਾਂ ਦੂਜਾ ਵਿਆਹ ਨਹੀਂ ਕੀਤਾ ਯਕੀਨ ਕਰ ਹਾਂ ਤੈਨੂੰ ਤਾਂ ਦੂਜੇ ਵਿਆਹ ਦੀ ਪਈ ਹੋਈ ਆ ਜਵਾਨ ਔਲਾਦ ਦੀ ਨਹੀਂ ਵੀ ਧੱਕੇ ਖਾਂਦੀ ਫਿਰੂਗੀ ਤੈਨੂੰ ਮੈਂ ਸੁੱਕੇ ਤੋਂ ਚੁੱਕ ਕੇ ਗਿੱਲੇ ਤੇ ਪਾਉਂਦਾ ਰਿਹਾ ਉਹ ਗਿੱਲੇ ਤੋਂ ਚੁੱਕ ਕੇ ਸੁੱਕੇ ਤੇ ਪਾਈਦਾ ਵਾ ਉਦੋਂ ਗਰਮੀਆਂ ਸੀ ਆ ਗੱਲਾਂ ਕਰ ਲੈ मैं अपने मुंह च बुरकी कढ के तेरे मुंह च पौंदा रिया आ चौरा बुढ़ा और जूठा खवाउंदा रिया मैनू जूठा नहीं ओए ओ पियो हुंदा ए कद लिया तेरी लाला मैं साफ करदा रिया हां मैं ता मस्त जम्मिया सी ना नहीं और मेरे ता घर इंजीनियर पैदा हो गया देख ता सही पिंड दे विच बायोगैस तू ही ता बनाउंदा बस हां गल्ला करी जेड़ी असल गल वा ओदे वल ना बबलू नु देखया हो बबलू आहो बर्मिंगम सेट वा वड्डी बस चलाउंदा उथे मैं ना कुछ करूंगा तो बड़ी बस की खट लिया उन्हें की होया खिड़कियां भी बनाउंदा तीन तीन टाइम काम करदा दरख्तां नूं लगे है डॉलर जांदे तू कनेडा तोड़ के भेज देंगा ओ मेहनत करूंगा हाथ पैर है नहीं मेरे मेहनत करूंगा मैं मेहनत करूंगा अब फिल्म देख चल मेरा पुत वेखी आ आहो वेखी आ आजा मेक्सिको चलिए वेखी आ हां वेखी आ चल वेखी हाल हुंदा बाहर च जाण वालिया दे ओ बापू ओ ता फिल्मा वा कानू चोरे वालिया गल्ला करदा चोरा फिर चोरा हां मार के कही ना ते मैं तैनूं दूरा चौरा कर देना बस तेरी ता आ गल आ आ गल आ मेनू कतल कर दे मैं किला ना बेची फिल्म दे विच मैसेज हुंदा दसना हुंदा उहनां ने लोकां नूं वी बाहर एवें नहीं जांदा बंदा नहीं साडे दादे ने तैनूं कोई मैसेज नहीं दित्ता वी बच्चियां दा वी ख्याल रखीदा हुंदा जे मैं नहीं रख्या ओ केड़ा ख्याल रख्या दूजा ब्याह ही नहीं कराया ओ दूजा ब्याह लोकां करा लो ओ मेरे बुढ़े दा दूजा ब्याह कर दो तुसीं हाई गल मैनूं मार दो जहर दे दो मैनूं ओदा दूजा ब्याह कर दो पुत्ता हाई गल तू किते पिंड दे चौंक च खलो के कह दो मेरा शायद को आ जावे ओदा ब्याह कर दो दूजा पिंड वाले आयो इहनूं तीमी दी पई आ जवान मुंडे दी नहीं ओ जवाक मरण डिया होया ओ मरण दिया वा सारी जमीन तेरी है कल्ला करा तू आ ओ हजे हैगा तू किथे मेरी आ अजे ता हैगा ओ हैगा मैं ते मार दे मेरे भोग ते बह जा मेरी चिता नु अग ला दे हुणे ही ओ बे की हो गया लोकां ने जवाक भेजे नहीं लोकां ने कानू है करदा वा लोकां ने भेजे ओ सप बणया होया सप सप बणया होया जमीन ते सप दा याद आया कल मैं साला मारन दिया ही ते तेरे वर्गा सप निकल के थले गया ए हजे डंग बजू तैनू हजे बजना वा मेनू की पता एड्डा जहर आ ਜਮਦੇ ਦਾ ਗਲ ਘੁੱਟ ਦਿੰਦਾ ਮੈਂ ਇਹ ਛਿੱਬੀਆਂ ਦੇ ਲੈ ਮੈਨੂੰ ਛਿੱਬੀਆਂ ਸਾਰੇ ਪਿੰਡ ਅੱਗੇ ਭੰਨੂ ਤੈਨੂੰ ਮੈਂ ਮੈਨੂੰ ਪਤਾ ਹੁੰਦਾ ਵੀ ਪਿਓ ਦੇ ਨਾਲ ਤੂੰ ਆਕੜਨਾ ਤੇ ਮੈਂ ਉਦੋਂ ਹੀ ਤੇਰੀ ਆਕੜ ਭੰਦੜੀ ਸੀ ਉਹ ਸਾਰੇ ਪਿੰਡ ਅੱਗੇ ਭੰਡੂ ਤੈਨੂੰ ਮੈਂ ਆਪਿਆ ਦੇਖ ਲੋ ਬੁੱਢਾ ਜਾ ਕੱਲੇ ਕੱਲੇ ਪੁੱਤ ਨਾਲ ਜਿਆਦਤੀ ਕਰ ਰਿਹਾ ਪੰਚਾਇਤ ਇਕੱਠੀ ਕਰੂੰਗਾ ਤੈਨੂੰ ਹੀ ਝੂਠਾ ਕਰਨਗੇ ਸਰਪੰਚ ਨੂੰ ਬੁਲਾਉ ਇੱਥੇ ਤੇਰਾ ਮੂੰਹ ਚਿੱਟਾ ਕਰਕੇ ਖੋਤੇ ਤੇ ਬਾਉਣਗੇ ਤੈਨੂੰ ਤੇ ਮੈਂ ਦੇਖ ਲੂੰਗਾ ਕੀ ਕਰਦਾ ਬੁੜਿਆ ਤੈਨੂੰ ਮੈਂ ਹਾਂ ਇਹ ਜ਼ਮੀਨ ਉੱਤੇ ਲੈ ਕੇ ਚੱਲ ਜਾ ਤੂੰ ਇੱਥੇ ਹੀ ਰਹਿਣੀ ਆ ਇੱਥੇ ਦੇਖਦਾ ਮੈਂ ਕਿਹੜਾ ਰਹਿੰਦਾ ਵਾ ਸਾਡਾ ਪਿਓ ਸਾਡੇ ਨਾਂ ਕਰਕੇ ਗਿਆ ਮੈਂ ਤੇਰੇ ਨਾਂ ਕਰਕੇ ਜਾਊਂਗਾ ਉਹ ਤੈਨੂੰ ਮੈਂ ਕਚਹਿਰੀਆਂ ਲੈ ਕੇ ਜਾਊਂ ਕਚਹਿਰੀਆਂ ਤੂੰ ਤੈਨੂੰ ਮੈਂ ਹਾਂ ਕੇਸ ਕਰੂੰ ਮੈਂ ਤੇਰੇ ਤੇ ਮੈਂ ਤੈਨੂੰ ਪਾਗਲਖਾਨੇ ਲੈ ਕੇ ਜਾਊਂ ਤੇਰਾ ਇਲਾਜ ਕਰਾਉਂ ਇਹ ਮੁੰਡੇ ਨੂੰ ਕੈਨੇਡਾ ਨਿਕਲਿਆ ਉਹ ਕੈਨੇਡਾ ਨਿਕਲਿਆ ਵੀ ਜਾਣਾ ਨਹੀਂ ਕੀ ਹੋਇਆ ਲੋਕਾਂ ਦੇ ਜਵਾਕ ਨਹੀਂ ਗਏ ਕੈਨੇਡਾ ਮੈਂ ਨਹੀਂ ਭੱਜਣਾ ਤੈਨੂੰ ਉਹ ਪੈਰ ਤੇ ਮਰ ਉਹ ਕਰਮ देखो इंसाफ अज या तू है नहीं कला कला पोता सोना सुनखा वो जमीन नहीं दिंदा ना मेरे नाउ नहीं करदा इसे किले ने मैं तेनू बन के जाना अज हां मैं देख लू बुढ़िया तेनू मैं देख सबेली है मेरे तू तो मेनू देख लो ना तो मैं तेन देख लिया हां सह चढ़ गया एक फोन करना मैं हाँ। गुलाब सिंह नू इत्थे आजू तेरे ते पैसे ला के अंदर करा दू तेन मैं हाँ। गुलाब सिंह इंज दा नहीं हैगा बंदा मुंडा सुरखपुर पिंड दा मेरा बा बेली आ एदा नहीं करता मैं कराऊंगा ओनू भेजदा तेनू मैं ओ हट जा हट जा ओ ना कर जुल्म ना कर ओ तू जुल्म कर मेरा हजे ना मेरा गुस्सा नहीं देखिया समझदा ना ओ तेरा गुस्सा ओ मैं तेरा सारा कुछ देखिया है ओ मैं तेरा प्यो मैं तू मेरा प्यो नहीं ओए मैं तेनू देख लूंगा तू की देख लू मैं तेनू हाथ पेना प्यो दे देख दूंगा तेनू बुढ़िया ओ बुढ़ा चढ़ाई कर गया कनेडा जाऊंगा हुण आ गया वीजा मेरा कनेडा दा ਵੀਜ਼ਾ ਨਹੀਂ ਆਇਆ ਤੇਰੇ ਬਾਪੂ ਨੂੰ ਸਾਹ ਆ ਗਿਆ ਉਹ ਤੈਨੂੰ ਮੈਂ ਭੇਜਦਾ ਚੜਾਈਆਂ ਵੇ ਮਤਲਬ ਬਹੁਤ ਸੀਰੀਅਸ ਮੁੱਦਾ ਹੈਗਾ ਇਹ ਵੈਸੇ
ਤੇ ਜਿਹਨੂੰ ਹਾਸੇ ਹਾਸੇ ਦੇ ਵਿੱਚ ਪੇਸ਼ ਕੀਤਾ। ਦੋ ਸੋਚਾਂ ਆ ਹਨਾ, ਦੋ ਵੱਖਰੀਆਂ ਵੱਖਰੀਆਂ ਸੋਚਾਂ ਕਿ ਪੁਰਾਣੇ ਜਿਹੜੇ ਸਾਡੇ ਬਜ਼ੁਰਗ ਆ ਉਹ ਕੀ ਸੋਚਦੇ ਆ ਤੇ ਨਵਿਆਂ ਦੀ ਸੋਚ ਕੀ ਆ। ਦੋਵੇਂ ਆਪਣੀ ਥਾਂ ਤੇ ਠੀਕ ਆ ਕਿਤੇ ਨਾ ਕਿਤੇ ਹਨਾ। ਜਦੋਂ ਦੋਨਾਂ ਦੀਆਂ ਗੱਲਾਂ ਸੁਣਦੇ ਹੋ ਕਹਿੰਦਾ ਕਿ ਇੱਕ ਕਹਿੰਦਾ ਕਿ ਮਤਲਬ ਇਹ ਜ਼ਮੀਨ ਆ ਹਨਾ, ਵੀ ਪੁਸ਼ਤੈਨੀ ਜ਼ਮੀਨ ਆ ਵੀ ਜਿੱਦਾਂ ਪਿੱਛੋਂ ਚੱਲਦੀ ਆਈ ਤੇ ਤੂੰ ਵੀ ਗਾਂ ਇੱਦਾਂ ਹੀ ਚਲਾ, ਤੇ ਮੁੰਡੇ ਨੂੰ ਆਪਣਾ ਦੇਖਦਾ ਪਿਆ ਕਿ ਇੱਕ ਡੇਢ ਕਿੱਲੇ ਚ ਕੀ ਹੋਊਗਾ ਹਨਾ। ਉਹ ਵੀ ਆਪਣੀ ਥਾਂ ਤੇ ਠੀਕ ਆ। ਜਦੋਂ ਉੱਥੋਂ ਫੋਟੋਆਂ ਪਾਉਂਦੇ ਆ ਹਨਾ ਬਾਹਰ ਤੇ ਜਾ ਕੇ ਕਿ ਪਹੁੰਚ ਗਏ ਸੀ, ਸੈੱਟ ਹੋ ਗਿਆ, ਆਹ ਕਰ ਲਿਆ, ਉਹ ਕਰ ਲਿਆ, ਤੇ ਫਿਰ ਇੱਥੋਂ ਵਾਲਾ ਤਾਂ ਫਿਰ ਦੇਖਦੇ ਆ ਨਾ ਉਹ ਚੀਜ਼ਾਂ ਕਿ ਹਾਂ ਇੱਥੇ ਰਹਿ ਕੇ ਤਾਂ ਕੁਛ ਵੀ ਨਹੀਂ ਹੁੰਦਾ ਉੱਥੇ ਜਾ ਕੇ। ਹੁਣ ਇੱਕ ਦੋ ਕਿੱਲਿਆਂ ਦੇ ਵਿੱਚ ਵੀ ਜੇ ਆਪਾਂ ਵੇਖੀਏ ਕਿ ਪੰਜਾਂ ਸੱਤਾਂ ਕਿੱਲਿਆਂ ਵਾਲੇ ਵੀ ਆ, ਉਹ ਮੁਕਾਬਲਾ ਨਹੀਂ ਕਰ ਸਕਦੇ ਉਹ ਜਿਹੜੇ ਕੁਆਲਿਟੀ ਆ ਜਿਹੜੀ ਲਾਈਫ ਦੀ ਹਨਾ, ਜਦੋਂ ਉਹ ਵੇਖਦੇ ਆ ਆਨਲਾਈਨ ਸੋਸ਼ਲ ਮੀਡੀਆ ਦੇ ਉੱਤੇ। ਕਿਉਂਕਿ ਲਾਈਫ ਅੱਜ ਕੱਲ ਅਸੀਂ ਜਿੱਦਾਂ ਆਪਾਂ ਆਮ ਜੀਨੇ ਆ, ਕੱਲੀ ਇਹ ਲਾਈਫ ਨਹੀਂ ਆ, ਦੋ ਲਾਈਫ ਜੀਣੀਆਂ ਪੈਂਦੀਆਂ ਹਨਾ ਇੱਕ ਸੋਸ਼ਲ ਮੀਡੀਆ ਦੇ ਉੱਤੇ। ਉੱਥੇ ਤੁਹਾਡੀ ਲਾਈਫ ਕਿੱਦਾਂ ਦੀ ਹੈ ਜਿੱਥੇ ਤੁਹਾਨੂੰ ਦੁਨੀਆ ਵੇਖਣ ਦੀ, ਇੱਥੇ ਕਿਉਂ ਕਿੰਨੇ ਕੁ ਜਾਣੇ ਵੇਖਦੇ ਉਹੀ ਲੋਕ ਆ ਜਿਹੜੇ ਆਪਣੇ ਆਲੇ ਦੁਆਲੇ ਹਨਾ। ਪਰ ਉਹ ਚੀਜ਼ ਜਿਹੜੀ ਆ ਕਿਤੇ ਨਾ ਕਿਤੇ ਦੋਵੇਂ ਆਪਣੀ ਜਗ੍ਹਾ ਦੇ ਉੱਤੇ ਠੀਕ ਆ, ਉਹਨਾਂ ਸ਼ੋਅ ਕੀਤਾ, ਦੋਵੇਂ ਪੱਖ ਜਿਹੜੇ ਆ ਉਹ ਸ਼ੋਅ ਕੀਤੇ ਆ, ਪਰ ਦੋਨੋਂ ਪੱਖ ਬਰਾਬਰ ਹੀ ਰੱਖੇ। ਇਹ ਨਹੀਂ ਕਿ ਉਹਨਾਂ ਵੀ ਪੂਰਾ ਦੱਸਿਆ ਹੈ ਦੂਸਰੇ ਦਾ ਵੀ ਕਿ ਉਹਦਾ ਕੀ ਉਹਦੀ ਕੀ ਫੀਲਿੰਗ ਆ। ਬੜੀ ਸੋਹਣੀ ਗੱਲ ਉਹਨੇ ਆਖੀ, ਕਹਿੰਦਾ ਆਪ ਤੂੰ ਚੱਲ ਜਾਣਾ ਤੇ ਮੈਂ ਮੁੜ ਕੇ ਇੱਥੇ ਧੱਕੇ ਖਾਂਦਾ ਰਹੂੰਗਾ ਹਨਾ। ਕਿ ਪਿਓ ਕਹਿੰਦਾ ਕਿ ਮੈਂ ਤੈਨੂੰ ਵੇਖ ਕੇ ਨਹੀਂ ਜੀ ਸਕਦਾ, ਕਿੰਨਾ ਕੁ ਚਿਰ ਹਨਾ ਮਾਂ ਪਿਓ ਇਸ ਚੀਜ਼ ਦੇ ਸਿਰਫ ਜਿਹੜੇ ਬੰਦੇ ਦੀ ਆਹ ਸੋਚ ਹੈ, ਕਿੰਨਾ ਕੁ ਚਿਰ ਕੋਈ 10 ਸਾਲ 12 ਸਾਲ, ਉਸ ਤੋਂ ਬਾਅਦ ਉਹਨੇ ਆਪਣੀ ਜ਼ਿੰਦਗੀ ਸਾਰੀ ਬਤੀਤ ਕਰਨੀ ਹੈ। ਉਹਦੀ ਕਿਉਂ ਕਸੂਰ, ਉਹਦਾ ਕੀ ਕਸੂਰ ਆ ਹਨਾ, ਉਹ ਚੀਜ਼ ਬੜੀ ਵਧੀਆ। ਪਰ ਅੱਜ ਕੱਲ ਜਿਹੜੇ ਹੁੰਦੇ ਪੇਰੈਂਟਸ ਆ ਨਾ ਜਿਹੜੇ ਸਾਡੇ ਜਨਰੇਸ਼ਨ ਦੇ ਆ, ਤੇ ਉਹਨਾਂ ਵਿੱਚ ਬਹੁਤ ਸੋਚ ਜਿਹੜੀ ਡਿਵੈਲਪ ਹੋ ਚੁੱਕੀ ਆ ਉਹਨਾਂ ਵੱਲੋਂ। ਜਿਵੇਂ ਇਹਨਾਂ ਨੇ ਕੱਲੇ ਇਹ ਵੀ ਕੀਤਾ ਕਿ ਕੱਲਾ ਪੋਤਾ ਮੈਂ ਨਹੀਂ ਭੇਜਣਾ, ਤੇ ਹੁਣ ਵੱਲੋਂ ਇੱਕ ਇੱਕ ਬੱਚੀ ਆ, ਲੋਕੀ ਕਹਿੰਦੇ ਕਿ ਨਹੀਂ ਬੱਚਾ ਸੈੱਟ ਹੋਣਾ ਚਾਹੀਦਾ ਵਾ, ਕੋਈ ਨਹੀਂ ਇਹ ਚ ਸਾਨੂੰ ਦੂਰ ਰਹਿਣਾ ਪਏ ਬੱਚਿਆਂ ਤੋਂ ਜਾਂ ਕੋਲ ਰਹਿਣਾ ਪਏ, ਇਹ ਚੀਜ਼ ਹੁਣ ਮੈਟਰ ਨਹੀਂ ਕਰਦੀ ਇਹਨੇ। ਕਿਉਂਕਿ ਸਭ ਨੇ ਦੇਖ ਲਿਆ ਕਿ ਪੈਸੇ ਤੋਂ ਬਿਨਾਂ ਕਿ ਕਿਵੇਂ ਦੀ ਲਾਈਫ ਹੁੰਦੀ ਆ। ਸੋ ਇਹ ਆਪਾਂ ਆਪਣੀ ਸੋਚ ਆ, ਅਸੀਂ ਕਿਸੇ ਨੂੰ ਬਦਲ ਨਹੀਂ ਸਕਦੇ, ਬਸ ਇਹ ਕਿ ਜਿਹਨੂੰ ਜੋ ਸਮਝ ਆਈ ਉਹਨੇ ਉਸ ਤਰੀਕੇ ਨਾਲ ਕਰ ਲਿਆ। ਬਾਕੀ ਜੇ ਵੀਡੀਓ ਦੀ ਗੱਲ ਕਰੀਏ ਤੇ ਜਿਹੜਾ ਗੈਟਅਪ ਆ ਬਹੁਤ ਵਧੀਆ, ਬਾ ਕਮਾਲ, ਬਹੁਤ ਪਛਾਣੇ ਨਹੀਂ ਜਾਂਦੇ ਦੋਨੇ ਜਾਣੇ ਹਨਾ। ਦੂਸਰੀ ਚੀਜ਼ ਕੱਪੜੇ ਪਾਉਣ ਦਾ ਢੰਗ, ਔਰ ਜਿਹੜਾ ਏਰੀਆ ਵੈਸੇ ਪੰਜਾਬ ਤੇ ਹੈ ਹੀ ਇੱਕ ਆ ਹਨਾ, ਸਾਰਾ ਇੱਕ ਬਰਾਬਰ, ਉਹ ਹੀ ਦਰਖਤ, ਉਹ ਧਰਤੀ, ਉਹ ਪਾਣੀ, ਉਹ ਤਰੀਕਾ ਜਿਹੜਾ ਆ ਉਹ ਫਸਲ ਦਾ, ਸਭ ਕੁਛ ਸੇਮ ਆ। ਮਤਲਬ ਕੋਈ ਕਹਿ ਨਹੀਂ ਸਕਦਾ ਕਿ ਇਹ ਪਾਕਿਸਤਾਨ ਦੇ ਵਿੱਚ ਬਣੀ ਹੋਈ ਵੀਡੀਓ ਆ, ਇਹ ਇੰਡੀਆ ਦੇ ਵਿੱਚ ਬਣੀ ਨਹੀਂ ਆ ਹਨਾ। ਬਹੁਤ ਵਧੀਆ, ਬਾ ਕਮਾਲ, ਇਹਦੇ ਪਿੱਛੇ ਜਿਹੜੀ ਰਿਸਰਚ ਕੀਤੀ ਹੁੰਦੀ ਹੈ ਕਿ ਕਿੱਦਾਂ ਕਿਸ ਤਰੀਕੇ ਨਾਲ ਉੱਥੇ ਹਨਾ, ਕਿ ਕਿਸ ਮੁੱਦੇ ਦੇ ਉੱਤੇ ਇੱਥੋਂ ਦਾ ਮੁੱਦਾ ਉੱਧਰ ਵਾਲੇ ਚੁੱਕ ਰਹੇ ਆ ਹਨਾ। ਬਹੁਤ ਵਧੀਆ ਲੱਗਾ ਇਹ ਵੀਡੀਓ ਵੇਖ ਕੇ। ਸੋ ਇਹ ਸੀ ਅੱਜ ਦੀ ਵੀਡੀਓ, ਵੀਡੀਓ ਅਗਰ ਤੁਹਾਨੂੰ ਪਸੰਦ ਆਈ ਹੋਈ ਲਾਈਕ ਸ਼ੇਅਰ ਜ਼ਰੂਰ ਕਰਿਓ। ਅਗਰ ਤੁਸੀਂ ਸਾਡੇ ਚੈਨਲ ਤੇ ਨਹੀਂ ਹੋ ਤਾਂ ਚੈਨਲ ਨੂੰ ਕਰਕੇ ਜਾਓ ਸਬਸਕ੍ਰਾਈਬ। ਮਿਲਦੇ ਆਪਾਂ ਕਿਸੇ ਹੋਰ ਵੀਡੀਓ ਵਿੱਚ, ਤਦ ਤੱਕ ਸਤਿ ਸ਼੍ਰੀ ਅਕਾਲ।